रस मंगा लो। अच्छा थोड़े जे सुपर बिस्कुट मंगा लो। नहीं रस क्यों मंगाया, दाड़ कटाई तुसी। बंदा नरम गजा खाने 5000 रुपया तुहानू पहले दिता जाएगा। माशाल्लाह ठीक है, उस तो बाद तुहाडा बाकी जिहड़ा तय हो जाएगा सारा। ठीक है, जेब च पाउंडे कि टोए च सड़ ले आ। ओ यार सारी जिम्मेदारी मेरी, वाजे वाले भी मैं कट्ठे करा। तेन पता वाजे वाले तो डड्डू कट्ठे करने बहुत मुश्किल होंगे ने। आओ दोस्तों, इस वीडियो के लिए हमारे साथ तावन किया है मताम जमजम टू नाइट से, जद्दा से हाजी पप्पू अली पप्पू साहब ने, इनका बहुत बहुत शुक्रिया। तो आओ हम वीडियो देखने हैं, तुहानू कैसी लगती है फिर याद रखना। इस वीडियो वास्ते साडे नाल तावन किया है जद्दा तो मताम जमजम टू नाइट रेस्टोरेंट वाले ने। बंद करो पुत, तुहाडे रियाज दा सदका हुण काम आ गया पुत। हैलो जी, अस्सलाम वालेकुम। वालेकुम सलाम जनाब जी। खान साहब नाजी खान जी बोल रहे हैं? बिल्कुल बिल्कुल पायल। बैंड मास्टर जनाब जेड़े? हां जी बैंड मास्टर ही हां जी। हां जी हां जी। ते पाजी की हाल है? ठीक है। हां जी जनाब ठीक ठाक। ओ पाजी सॉरी टाइम थोड़ा जिहा शॉर्ट सी ते इस वास्ते एमरजेंसी तुहानू मैं कॉल कीती है। बिस्मिल्लाह जी बिस्मिल्लाह। ते काम में थोड़ा जिहा हैगा भरा मेरा, हैगा मतलब शादी ते हैगी है 2 दिन बाद। अच्छा जी ठीक है, असीं मंगनी करके आए हैं। अपनी दुकान है जी माशाल्लाह जाफरी चौक दे विच, बेस्ट स्टूडेंट बैंड जी नाजी खान। आहो नाजी खान जी बड़ा सुनया बेस्ट स्टूडेंट बैंड, बड़ा नाम सुनया तुहाडा। मैं बस जी बात अल्लाह दी ताला दी करम नवाजी है जी, अल्लाह ने एक रिज़्क लाया जनाब। अच्छा ते अपना दसो केड़ी जगह ते पहुंचना जनाब असी? ए पाजी तुसी जाफरी मोहल्ले च रहंदे हो ना? लो इथे ते जंप वाला जनाब, ए मेरा ही मोहल्ला है। अच्छा अच्छा अच्छा, जाफरी मोहल्ले तो बाहरली साइड है ना जनाब, खतीजा महमूद हॉस्पिटल वाली साइड जिते पा नासर चन अक्सर बैठा हुंदा। हां जी हां जी, मशहूर आदमी है जी। हां जी ओदे कोलो तुसी बाहर निकल के जी खब्बे हाथ होना। ठीक हो गया जी, खब्बे हाथ। खब्बे हाथ तुसी आना जिते चर्च नहीं है नुक्कर ते? जी 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 सर, हैगा हैगा। ओ गंदे नाले दे कोल? बिल्कुल बिल्कुल। ओते गंदे नाले ते तुसी 10 मिनट बैठना? हां जी। नहीं मतलब ओते वेट करना, हो सकदा मैं तुहानू ओथों ले लवां आके। ठीक है ना? ਤੁਸੀਂ ਗੱਲ ਨਾ ਮੇ ਗੱਲ ਸੁਣੋ, ਐਡਰੈਸ ਆਪਣਾ ਬਦਲੋ, ਕੋਈ ਫੱਟੇ ਤੇ ਦੱਸ ਦਿਓ, ਕੋਈ ਕਿਸੇ ਬਾਗ ਚ ਦੱਸ ਦਿਓ, ਖਾਲੇ ਤੇ ਜ਼ਰੂਰੀ ਬਹਿਣਾ। ਹੁਣ ਭਾਜੀ ਖਾਲੇ ਤੇ ਬਾਹਰ ਬਹਿਣਾ ਨਾ, ਤੁਸੀਂ ਵਿੱਚ ਨਾ ਨਾ ਬਹਿਣਾ। ਅਸੀਂ ਬਾਜੇ ਵਾਲੇ ਆ, ਚਿੜੀਆਂ ਨਹੀਂ ਭਾਈ ਅਸੀਂ। ਗੱਲ ਤੇ ਠੀਕ ਹੈ ਭਾਜੀ, ਤੁਸੀਂ ਇਸ ਤਰ੍ਹਾਂ ਕਰਨਾ ਨਾ, ਲੱਤਾਂ ਲਮਕਾ ਲੈਣਾ ਨਾ ਵਿੱਚ, ਸਾਰੇ ਨਾ ਉਤਰਨਾ। ਬਹੁਤ ਅੱਛੇ ਭਾਜੀ ਤੁਸੀਂ ਗੱਲ ਸੁਣੋ, ਬਾਜਾ ਕਰਾਉਣਾ ਕਿ ਸਾਨੂੰ ਤੁਸੀਂ ਮਖੌਲ ਕਰਨੇ? ਅਸੀਂ ਇਹ ਬੜਾ ਅੱਛਾ ਕੰਮ ਹੈ ਸਾਡਾ, ਤੁਸੀਂ ਮਖੌਲ ਨਾ ਕਰੋ। ਨਹੀਂ ਭਾਜੀ ਮੈਂ ਵੀ ਉਸੇ ਸਿਲਸਿਲੇ, ਤੁਸੀਂ ਇਸ ਤਰ੍ਹਾਂ ਕਰੋ ਉੱਥੇ ਪਹੁੰਚੋ ਤੇ ਮੈਂ ਤੁਹਾਡੇ ਕੋਲ ਆ ਰਿਹਾ ਜਨਾਬ। ਸਰ ਜੀ ਦੱਸ ਦਿਓ ਵੀ 2 ਘੰਟੇ ਸੀ ਜਾ ਕੇ ਉੱਤੇ ਬੈਠੇ ਨਾ ਰਹੀਏ? ਨਹੀਂ ਤਿਆਰ ਆ ਤੇ ਫੇਰ ਦੱਸਿਓ। ਉਹ ਭਾਜੀ ਮੈਂ ਤੁਹਾਡੇ ਤੋਂ ਪਹਿਲੇ ਪਹੁੰਚ ਜਾਣਾ, ਚਿੱਟੀ ਗੱਡੀ ਹੈ ਮੇਰੇ ਕੋਲ। ਅੱਛਾ ਜੀ ਮੈਂ ਆ ਕੇ ਤੁਹਾਨੂੰ ਗੱਡੀ 'ਚ ਬਿਠਾ ਕੇ ਇੱਥੇ ਲੈ ਆਉਣਾ। ਮੈਂ ਤੁਹਾਨੂੰ ਇਸ ਗੱਲੋਂ ਟਾਈਮ ਪੁੱਛਣ ਡਿਆ, ਪੂਰਾ ਪੂਰਾ ਵੀ ਤੁਹਾਡੀ ਵੀ ਤਾਂ ਰਹਿ ਜਵੇ, ਸਾਡੀ ਵੀ ਰਹਿ ਜਵੇ। ਤੁਸੀਂ ਪਹੁੰਚੋ ਜੀ ਪਹੁੰਚੋ। ਮੈਂ ਜਨਾਬ ਪਹੁੰਚੋ, ਪੈਸੇ ਨਾਲ ਅਸੀਂ ਉੱਥੇ ਤੈਅ ਕਰਾਂਗੇ, ਜੇ ਇੱਥੇ ਕਰਨੀ ਤੇ ਇੱਥੇ ਕਰ ਲਓ ਮੇਰੇ ਨਾਲ। ਮੈਂ ਜਨਾਬ ਤੁਹਾਡੇ ਕੋਲ 5000 ਰੁਪਈਆ ਲਵਾਂਗਾ। ਠੀਕ ਹੈ ਜੀ 5000, ਉਤੋਂ ਜਿਹੜੇ ਹੋ ਜਾਣ ਉਹ ਵੀ ਨਾਲ। ਉਹ ਸਾਡੇ ਵਕਤ ਹੁੰਦੇ, ਉਹ ਤੁਹਾਡੇ ਨਸੀਬ ਨੇ। ਬਿਲਕੁਲ ਕੱਖ ਹੋ ਜਵੇ ਕੱਖ ਹੋ ਜਵੇ ਨਾ ਹੋਵੇ, ਅਸੀਂ ਤੁਹਾਨੂੰ ਕਹਿਣਾ ਨਹੀਂ ਕੁਝ। ਤੁਸੀਂ ਪਹੁੰਚੋ ਜੀ ਪਹੁੰਚੋ। ਮੈਂ ਪਹੁੰਚ ਰਿਹਾ ਉੱਥੇ, ਪਹੁੰਚੋ ਗੰਦੇ ਨਾਲੇ ਤੇ ਪਹੁੰਚੋ ਤੇ ਮੈਂ ਉੱਥੇ ਤੁਹਾਡੇ ਕੋਲ ਆ ਰਿਹਾ। ਉਹ ਭਾਈ ਹਰ ਗੱਲ ਨਾਲ ਗੰਦਾ ਨਾਲਾ ਕਹੀ ਜੇ ਨਾ, ਸਾਡੇ ਕੋਲ ਕੱਪੜੇ ਧਵਾਉਣੇ ਤੂੰ ਉੱਥੇ? ਆ ਭਾਜੀ ਉਹ ਨਾਲਾ ਜਿਹੜਾ ਬਣਿਆ ਉਹੀ ਨਿਸ਼ਾਨੀ ਮੈਂ ਦੱਸਣੀ ਤੁਹਾਨੂੰ। ਨਿਸ਼ਾਨੀ ਥੋੜੀ ਜੀ ਬਦਲ ਲਾ ਵੀ, ਬੰਦਿਆਂ ਨੇ ਰੋਟੀ ਰੋਟੀ ਖਾਧੀ ਹੁੰਦੀ ਹੈ। ਉੱਥੇ ਜਿਹੜਾ ਭਾਜੀ ਸਾਫ ਨਾਲਾ ਨਾ, ਉੱਥੇ ਆ ਜਾਓ ਤੁਸੀਂ। ਬਹੁਤ ਜੀ, ਚਲੋ ਜਨਾਬ ਠੀਕ ਆ, ਆਪਣਾ ਨਾਲਾ ਕੋਲ ਹੀ ਰੱਖੋ, ਜਿੱਥੇ ਕਹੋ ਉੱਥੇ ਪਹੁੰਚ ਜਾਂਦੇ ਆ। ਆਹੋ ਜੀ ਤੁਸੀਂ ਲਾਸਟ ਟਿਕ ਪਾ ਕੇ ਆ ਜਾਓ, ਨਾਲਾ ਰਹਿਣ ਦਿਓ ਜੀ। ਆ ਜਾਓ, ਚਲੋ ਮੁੰਡਿਓ ਤਿਆਰੀਆਂ ਕਰੋ, ਅੱਲਾ ਨੇ ਕੰਮ ਦੇ ਛੱਡਿਆ ਜੇ। ਠੀਕ ਹੈ, ਜੰਜ ਬੜੀ ਸੁਰੀਲੀ ਹੈ, ਕਹਿੰਦੇ ਨੇ ਮੰਗਣੀ ਆ, ਉਠਾਓ ਚਲੀਏ ਯਾਰ। ਉੱਥੇ ਕੰਮ ਆ ਗਿਆ, ਜ਼ਰਾ ਇੱਕ ਲਾਈਨ ਬਣਾ ਲਓ, ਤੁਸੀਂ ਇੱਦਾਂ ਖਿਲ ਰਹੇ ਜਿੱਦਾਂ ਤਾਸ਼ ਦੇ ਪੱਤੇ ਖਿਲ ਰਹੇ ਹੁੰਦੇ। ਉਹ ਸਹੀ ਹੋ ਕੇ ਤੁਰੋ, ਚਲੋ ਚਲੀਏ। ਏ ਉਹ ਪੁੱਤੇ ਤੈਨੂੰ ਜਾਣਾ ਇੱਧਰ ਆਜ਼ਾਦ ਚੌਂਕ, ਆ ਜਾਓ ਮੇਰਾ ਪੁੱਤ ਚਲੀਏ। ਫਟਾਫਟ ਤੁਰੇ ਉਹ ਕਾਕਾ, ਟਾਈਮ ਨਹੀਂ ਰਹਿ ਗਿਆ ਆਪਣੇ ਕੋਲ, ਸਮਝ ਗਏ? ਉਹ ਮੰਗਣੀ 'ਤੇ ਜਾਣਾ ਆਪਾਂ, ਅਤੇ ਇੱਕ ਲਾਈਨ ਲਾਓ ਮੇਰਾ ਪੁੱਤ ਸਾਰੇ। ਹਾਂ ਲਾਈਨ 'ਚ ਰਹੋ ਲਾਈਨ 'ਚ। ਆਏ ਆਓ ਯਾਰ ਵੀ ਪੁੱਤ, ਜਲਦੀ ਜਲਦੀ ਚੱਲ।
हाँ जी जनाब जी बाजी पहुंच गए जे लो जनाब असि जा चौक ते कोल खलोते हां जी ओ जा चौक ते कोल नहीं खलोना थोड़ा जा साइड ते होके खलोवो ओए ओ ट्रैफिक लंग दी कोई गड्डी बचेगी पीछे होवो थोड़ा जे ओ आ रिक्शा लंगन दे पीछे नु होवो ओ मुंडे थोड़ा पीछे हो जाओ यार ओ पाने आ चिट्टी गड्डी ताडी खलोती है ओ केड़ी गड्डी जी आ चिट्टी गड्डी ओ नहीं नहीं ए नहीं मेरी जी मैं तो घरों निकलन लगा बहुत अच्छे भी सानू सवा घंटे ते इत्थे खला रहे आ इन्ने चक्कर सानू ਪੰਗੂੜੇ ਚ ਨਹੀਂ ਆਏ ਜਿੰਨੇ ਗਲੀਆਂ ਚ ਫਿਰ ਆ ਗਏ ਆ ਉਹ ਬਾਜੀ ਵੇਖੋ ਮੈਂ ਪਹੁੰਚ ਰਿਹਾ ਤੁਹਾਡੇ ਕੋਲ ਤੁਸੀਂ ਬੈਠੋ ਤੇ ਚਾਹ ਸ਼ਾ ਪੀਓ ਪੈਸੇ ਹੈਗੇ ਨੇ ਕੋਲ ਓ ਸਾਰਾ ਕੁਝ ਹੈਗਾ ਤੂੰ ਸਾਡੇ ਇੰਨੇ ਤਾਬਿਆਦਾਰ ਆ ਤੂੰ ਬਾਜਾ ਬੋਕਰ ਵਾਲੋ ਕਿ ਸਾਡਾ ਮਾਮਾ ਆ ਤੂੰ ਨਹੀਂ ਯਾਰ ਮੈਂ ਤਾਂ ਕਹਿ ਰਿਹਾ ਤੁਸੀਂ ਉੱਥੇ 10 ਮਿੰਟ ਵੇਟ ਕਰੋ ਮੈਂ ਆ ਰਿਹਾ ਤੁਹਾਡੇ ਕੋਲ ਸਵਾ ਘੰਟੇ ਤੁਸੀਂ ਇੱਥੇ ਬੈਠੇ ਆ ਭਾਈ ਤੂੰ ਕਿਹੜੇ ਟਾਈਮ ਆਉਣਾ ਆ ਬਸ ਮੈਂ ਨਹਾ ਕੇ ਨਿਕਲ ਰਿਹਾ ਜੀ ਨਹਾ ਕੇ ਬਹੁਤ ਅੱਛੇ ਤੂੰ ਨਹਾ ਕੇ ਨਿਕਲ ਰਿਹਾ ਵੀ ਤੂੰ ਬੜੀ ਉੱਥੇ ਮਿਲਣੀ ਕਰਨੀ ਆ ਉਹ ਮੁੰਡਾ ਕੱਪੜੇ ਪ੍ਰੈਸ ਕਰਾਉਣ ਗਿਆ ਉਹ ਕਰਕੇ ਆਉਂਦਾ ਨਾ ਤੇ ਮੈਂ ਆ ਰਿਹਾ ਤੁਹਾਡੇ ਕੋਲ ਉਹ ਕੱਪੜੇ ਪ੍ਰੈਸ ਕਰਨ ਰਿਹਾ ਤੂੰ ਬਹੁਤ ਅੱਛੇ ਯਾਰ ਸਾਨੂੰ ਡਰੈਸ ਦੱਸ ਕਿੱਥੇ ਤੁਸੀਂ ਬਾਜੀ ਫਕੀਰੀਆ ਚੌਕ ਵੇਖਿਆ ਲੁਧਿਆਣੀ ਮਸਜਿਦ ਜਿਹੜੀ ਹਾਂਜੀ ਹਾਂਜੀ ਜਨਾਬ ਦੇਖਿਆ ਇੱਥੇ ਕੋਈ ਰਿਕਸ਼ਾ ਖੜਾ ਤੁਹਾਡੇ ਕੋਲ ਆ ਬੜੇ ਰਸ਼ ਕੇ ਖਲੋਤੇ ਆ ਜੀ ਉਹਨੂੰ ਧੋਵੋ ਨਹੀਂ ਮਤਲਬ ਉਹਦੇ ਵਿੱਚ ਬੈਠੋ ਤੁਸੀਂ ਆ ਲੁਧਿਆਣੇ ਦੀ ਮਸਜਿਦ ਹੈ ਨਾ ਜਿਹੜੀ ਇੱਥੇ ਆ ਜਾਓ हेलो हाँ जी ए भैन आजाद चौक तो जनाब रशका बह गए हैं केड़ी जगह ते आउणा उस्ताद जी आके चौक वेखे ना लुधियानी मस्जिद है जेड़ी आहो मस्जिद कोल जेड़ा फकीरिया चौक है फकीरिया चौक ओ भाई पहले तू फैसला कर ले फकीरिया चौक जाउणा डोगर चौक जाउणा गुजर चौक जाउणा फकीरिया फकीरिया चौक है जी बहुत अच्छे भाई हुण उत्थे ही है ना तू आहो मैं उत्थे ही मौजूद हां जी ओ सुणिया कमालशिया मगा के रखी क्यों की होया ओ सानू तां तरन पै गई आ तुर के ओ नहीं मैं तां रिक्शा तां ਓਏ ਆ ਜਾਓ ਪੁੱਤੋ ਆ ਜਾਓ ਘਰ ਆ ਗਿਆ ਵੀ ਮੰਗਣੀ ਵਾਲਿਆਂ ਦਾ ਓ ਲੈ ਬਈ ਆਪਣਾ ਕਿਰਾਇਆ ਤੇ ਦੁਆ ਕਰੀ ਸਾਡਾ ਕੰਮ ਵੀ ਲੱਗ ਜਾਵੇ ਯਾਰ ਆ ਭੈਣ ਬੈਣ ਵਾਲੇ ਬੋਲ ਰਹੇ ਆ ਹਾਂਜੀ ਬਾਜੀ ਕਿੱਥੇ ਪਹੁੰਚੇ ਹੋ ਓ ਜਨਾਬ ਅਸੀਂ ਫਕੀਰੀਆ ਚੌਂਕ ਚ ਪਹੁੰਚ ਗਏ ਆ ਤੂੰ ਵੀ ਪਹੁੰਚਿਆ ਕਿ ਨਹੀਂ ਮੈਂ ਤੇ ਬਾਜੀ ਬਸ ਤਿਆਰ ਹੋ ਗਿਆ ਮੈਂ ਨਹਾ ਰਿਹਾ ਸੀ ਤੁਹਾਨੂੰ ਦੱਸਿਆ ਮੈਂ ਸਾਬਣ ਲਾ ਲਿਆ ਸਾਬਣ ਲਾ ਲਿਆ ਕਿੰਨਾ ਕੀ ਤਿਆਰ ਹੋਣ ਡਿਆ ਮੈਂ ਨਿਕਲ ਰਿਹਾ ਬਾਜੀ ਨਿਕਲ ਰਿਹਾ ਤੁਸੀਂ ਕਿੱਥੇ ਪਹੁੰਚ ਗਏ ਜੇ ਅਸੀਂ ਜਨਾਬ ਜਿਹੜਾ ਐਡਰੈਸ ਦਿੱਤਾ ਸੀ ਫਕੀਰੀਆ ਚੌਂਕ ਚ ਫਕੀਰੀਆ ਚੌਂਕ ਜੀ ਬੈਠੋ ਤੇ ਵੇਖੀ ਟਿੱਕੀ ਵਾਲਾ ਭਾ ਬੈਠਾ ਓਏ ਆਹੋ ਭਾਈ ਬੈਠਾ ਆ ਕਿੱਥੇ ਬੈਠਾ ਉਹਦੇ ਦੁਕਾਨ ਬੰਦ ਆ ਜੋ ਦੀ ਉਹ ਅੰਦਰ ਬੈਠਾ ਆਪਣੇ ਘਰ ਅੱਛਾ ਉਹਨੂੰ ਬੈਠਾ ਰਹਿੰਦੇ ਉਹਨੂੰ ਨਾ ਛੇੜਿਓ ਤੇ ਉਹ ਚਾਚਾ ਬੈਠਾ ਜਿਹੜਾ ਆਪਣਾ ਜੁੱਤੀਆਂ ਦਾ ਕੰਮ ਕਰਦਾ ਪਾਲਿਸ਼ ਵਗੈਰਾ ਕਰਦਾ ਚਾਚਾ ਓਏ ਆਹੋ ਉਹ ਤਾਂ 24 ਘੰਟੇ ਸਰਵਿਸ ਆ ਬੈਠਾ ਆ ਅੱਛਾ ਬੈਠਾ ਉਹਦੇ ਕੋਲ ਜੁੱਤੀਆਂ ਪਾਲਿਸ਼ ਕਰਾਓ ਉਹ ਭਾਈ ਜੁੱਤੀਆਂ ਪਾਲਿਸ਼ ਹੁੰਦੀਆਂ ਸਾਡੀਆਂ ਸਾਫ ਹੀ ਆ ਆਹੋ ਸਾਫ ਹੀ ਆ ਤੂੰ ਬਾਂਦਰ ਕਿੱਲਾ ਖੇਡਣਾ ਉਹਨਾਂ ਨਾਲ ਇੰਨੀਆਂ ਜੁੱਤੀਆਂ ਸਾਫ ਕਰਾਈ ਜਾਂਦਾ ਸਾਡੇ ਕੋਲ ਜੇ ਸਾਫ ਹੀ ਆ ਤਾਂ ਫਿਰ 2-4 ਉਹਦੇ ਕੋਲੋਂ ਖਾ ਲਓ ਓ ਭਾਈ ਮੇਰਾ ਭਾਈ ਸ਼ੁਗਲ ਦਾ ਟਾਈਮ ਨਹੀਂ ਸਾਡੀ ਜਾਨ ਤੇ ਬਣੀ ਆ ਤੁਹਾਡਾ ਬਾਜੀ ਮੂੰਹ ਕਿਹੜੀ ਸਾਈਡ ਨੂੰ ਹਣ ਸਾਡਾ ਮੂੰਹ ਬਾਜੀ ਫਕੀਰੀਆ ਚੌਂਕ ਚ ਜਾਈਏ ਨਾ ਬਾਲਾ ਚੌਂਕ ਆਹੋ 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 ਚਾਚਾ ਜੀ ਸਾਡੇ ਬਜ਼ੁਰਗ ਬਾਲਾ ਸੱਸੀ ਵਾਲੇ ਹਾਂਜੀ ਹਾਂਜੀ ਮਸ਼ਹੂਰ ਚੌਂਕ ਜਨਾਬ ਸਖਾਵਤ ਨਾਲ ਨਹੀਂ ਜਿੱਥੇ ਰਹਿੰਦਾ ਹਾਂਜੀ ਹਾਂਜੀ ਉਹੀ ਉਹਦੇ ਬੂਹੇ ਦੇ ਅੱਗੇ ਖਲੋਤੇ ਆ ਆ ਮਸਜਿਦ ਵਾਲੀ ਸਾਈਡ ਜਿਹੜੀ ਹਾਂਜੀ ਆ ਜਿਹੜਾ ਮਹਿੰਗਾ ਨਹੀਂ ਮਹਿੰਗਾ ਆ ਮਹਿੰਗਾ ਹਮਾਮ ਵਾਲਾ ਭੱਲਾ ਉਹ ਤੁਹਾਡੇ ਖੱਬੇ ਹੱਥੇ ਨਾ ਜੀ ਬਾਛੋ ਇਹ ਮੱਲਾ ਕਿਤੇ ਮੈਨੂੰ ਭੁੱਲਿਆ ਮੇਰੀ ਇੱਥੇ ਦੀ ਜੰਪ ਵਾਲਾ ਜਨਾਬ ਅੱਛਾ ਤੁਸੀਂ ਇਸਾ ਕਰੋ ਇੱਥੋਂ ਸੱਜੇ ਹੱਥ ਆਓ ਫਿਰ ਠੀਕ ਹੋ ਗਿਆ ਜੀ ਉਹ ਜਿੱਦੇ ਨਹੀਂ ਉਹ ਕਰਿਆਨੇ ਵਾਲੀ ਦੁਕਾਨ ਜੀਲੇ ਦੀ ਆਹੋ ਆਓ ਅੱਗੇ ਨੂੰ ਆਓ ਟੁਰੇ ਆਓ ਉਹ ਤੂੰ ਵੀ ਆ ਗਿਆ ਮੈਂ ਆ ਰਿਹਾ ਮੈਂ ਨਹਾ ਨਹੀਂ ਨਹਾ ਲਿਆ ਬਸ ਉਹ ਕਾਹਦੇ ਨਾਲ ਨਹਾਉਣ ਡਿਆ ਤਜ਼ਾਮ ਨਾਲ ਨਹਾਉਣ ਲੱਗ ਪਿਆ ਇੰਨੀ ਲੇਟ ਤਜ਼ਾਮ ਨਾਲ ਕਿਉਂ ਨਹਾਉਣਾ ਮੈਨੂੰ ਜੰਗ ਲੱਗਾ ਸੀ ਚਲੋ ਮੁੰਡਿਓ ਚਲੋ ਹਾਂਜੀ ਭਾਣ ਕਿੱਥੇ ਹੋ ਐ ਤੁਸੀਂ ਆ ਜਾਓ ਖੱਬੇ ਹੱਥ ਆ ਜਾਓ ਅੰਦਰ ਨੂੰ ਆ ਖੱਬੇ ਹੱਥ ਆ ਗਏ ਆ ਜਨਾਬ ਅੱਗੇ ਪਹੁੰਚੋ ਪਹੁੰਚੋ ਓ ਭਾਜੀ ਤੁਸੀਂ ਵੀ ਪਹੁੰਚੇ ਆ ਆਹੋ ਆਹੋ ਅਸੀਂ ਪਹੁੰਚ ਗਏ ਬੂਏ ਅੱਗੇ ਪਹੁੰਚ ਗਏ ਜਨਾਬ ਆ ਪਾ ਸਲੀਮ ਪੀਏ ਦਾ ਬੂਆ ਜਿੱਥੇ ਕੀਮੇ ਵਾਲੇ ਆ ਕੀਮੇ ਵਾਲੇ ਉਹਨਾਂ ਦੇ ਦਰਵਾਜ਼ੇ ਤੋਂ ਅੱਗੇ ਲੰਘੋ ਅੱਗੇ ਆ ਗਏ ਜਨਾਬ ਆਜੋ ਆਜੋ ਸ਼ਾਬਾਸ਼ ਅੱਗੇ ਆਓ ਅੱਗੇ ਬੱਚਾ ਗੋਲੇ ਆਣਾ ਹੈਗਾ ਜੀ ਹਾਂਜੀ ਬੱਚਾ ਗੋਲੇ ਆਣਾ ਓ ਭਾਈ ਬੱਚਾ ਗੋਲੇ ਆਣਾ ਸਿਆਣਾ ਗੋਲੇ ਆਣਾ ਹੈ ਨਹੀਂ ਕੋਈ ਨਹੀਂ ਨਹੀਂ ਉਹਦਾ ਨਾ ਬੱਚਾ ਉਂਝ ਬਹੁਤ ਸਿਆਣਾ ਉਹ ਮਾਸ਼ਾਅੱਲਾ ਜੀ ਭਾਜੀ ਤੁਸੀਂ ਵੀ ਪਹੁੰਚਿਆ ਕਿ ਨਹੀਂ ਮੈਂ ਪਹੁੰਚ ਗਿਆ ਮੈਂ ਬਸ ਨਹਾ ਰਿਹਾ ਤੁਸੀਂ ਆਜੋ ਤੂੰ ਕਾਹਦੇ ਨਹਾਉਂਦਿਆ ਤੇਰਾ ਸਾਬਣ ਪੱਥਰ ਦਾ ਆ ਐ
डॉक्टर अबरार साहब का क्लिनिक आ गया। आ गया जी, आ गया। आ क्लिनिक तो अगे आओ। लागे पहुंच गए। क्लिनिक तो दवाई लवो थोड़ी जी। क्यों जी दवाई लई है वाह जी। इंतजार करना पैना तेनु। ओ पाहन तुसी पहुंचे है कि नहीं? भाजी अपने सज्जे हाथ वेखो डॉक्टर साहब दे नाल दा जेड़ा घर है। हां जी हां जी, माशाल्लाह जी बड़ा खूबसूरत घर है जी। वड्डा गेट लगा। हां जी हां जी हां जी। ए मेनू घर घट लगन दिया, बख्शीखाना ज्यादा लगन दिया। ओ भाजी इत्थों ही तुहानू बख्शीश मिलनी है। माशाल्लाह जी, ना ही बड़ा प्यारा, दिल नूं सुकून मिल गया। लो जी ए घर है जनाब, इत्थे तुसी वेट करो। लो भी यही घर लादा। चलो भाई ए लाइन लाओ ते बजाओ जरा। मंगणी ते आए आ पुत्त, मंगणी ते जरा रेडी हो जाओ। चलो जरा मार दियो बेटा। ਕੀ ਗੱਲ ਭਾਜੀ, ਕਾਹਦੀ ਖਾਪਾ ਹੀ ਖੈਰ? ਉਹ ਜਨਾਬ ਖੱਪ ਕਾਹਦੀ ਪਾਈ ਹੈ? ਮੰਗਣੀ ਵਾਲਾ ਘਰ ਨੀ ਜਨਾਬ ਇਹ? ਹਾਂਜੀ ਹਾਂਜੀ, ਘਰ ਜਨਾਬ ਸਾਨੂੰ ਫੋਨ ਕਰਕੇ ਸੱਦਿਆ ਗਿਆ ਆ। ਕਿੰਨੇ ਸੱਦਿਆ ਤੁਹਾਨੂੰ? ਇਹ ਜਨਾਬ ਅਸੀਂ ਹੁਣੀ ਫੋਨ ਬੁਲਾਉਂਦੇ ਆ। ਮਿਲਾ ਲਓ ਫੋਨ, ਮੈਨੂੰ ਕੀ ਪਤਾ ਕਿੰਨੇ ਸੱਦਿਆ ਫੋਨ ਤੁਹਾਨੂੰ। ਤੁਹਾਡੇ ਘਰ ਮੰਗਣੀ ਨਹੀਂ? ਮੰਗਣੀ ਤੇ ਹੈ ਭਾਜੀ, ਲੇਕਿਨ ਤੁਸੀਂ ਮੰਗਣੀ ਇੱਥੇ। ਉਹ ਭਾਈ ਮੰਗਣੀ ਖੁਸ਼ੀ ਨਹੀਂ ਤੁਹਾਡੇ ਘਰ? ਖੁਸ਼ੀ ਤੇ ਹੈ, ਅਸੀਂ ਤੇ ਆਪਣਾ ਸ਼ੁਗਲ ਮੇਲਾ ਕਰਨ ਦੇ ਸੀ, ਕਿਸੇ ਨੂੰ ਸੱਦਿਆ ਹੀ ਨਹੀਂ। ਕਾਹਦਾ ਸ਼ੁਗਲ ਮੇਲਾ? ਬੁਲਾਇਆ ਕਿਸੇ ਨੂੰ? ਕਿਸੇ ਨੂੰ ਨਹੀਂ ਸੱਦਿਆ, ਅਸੀਂ ਆਪੇ ਹੀ ਆਏ ਤੁਸੀਂ। ਓਏ ਆਪੀ ਨਹੀਂ ਭਾਈ ਆਏ ਅਸੀਂ। ਆ ਲੰਬਰ ਤੁਹਾਨੂੰ ਬੁਲਾਉਣੇ, ਹੁਣੀ ਝੂਠ ਸੱਟ ਦਾ ਨਤਾਰਾ ਹੋ ਜਾਂਦਾ। ਫੋਨ ਕਰੋ ਤੁਸੀਂ ਜਿੰਨੇ ਬੁਲਾਇਆ ਨੂੰ। ਬਹੁਤ ਅੱਛੇ, 4:30 ਤੁਸੀਂ ਖੱਜਲ ਹੋਣ ਡਿਆ ਗਲੀਆਂ 'ਚ। ਫੋਨ ਮਿਲਾਓ ਤੁਸੀਂ। ਹੈਲੋ ਜੀ, ਹੈਲੋ, ਅਸਲਾਮ ਅਲੈਕੁਮ ਜਨਾਬ। ਵਾਲੇਕੁਮ ਅਸਲਾਮ। ਸਰ ਉਹ ਮੰਗਣੀ ਵਾਲੇ ਭਾਈ ਬੋਲ ਰਹੇ ਹੋ? ਹਾਂਜੀ ਹਾਂਜੀ। ਤੇ ਜਨਾਬ ਅਸੀਂ ਤੁਹਾਡੇ ਬੂਹੇ ਅੱਗੇ ਆ ਕੇ, ਤੁਸੀਂ ਕਿੱਥੇ ਆ? ਤੁਸੀਂ ਕੌਣ ਬੋਲਣ ਡਏ ਜੀ? ਅਸੀਂ ਜਨਾਬ ਬੈਂਡ ਵਾਲੇ ਬੋਲਣ ਡਏ। ਉਹ ਬੈਂਡ ਵਾਲੇ ਤੁਸੀਂ ਬੋਲਣ ਡਏ, ਤੇ ਸਾਡੇ ਕੋਲ ਚਵਲ ਜੇ ਖੜੇ ਨੇ, ਕੋਈ ਕਹਿੰਦੇ ਜੀ ਅਸੀਂ ਬੈਂਡ ਵਾਲੇ। ਓ ਭਾਈ ਹੈਲੋ, ਹੋਰ ਕਿਹੜਾ ਆ ਗਿਆ? ਅਸੀਂ ਆ ਭਾਈ, ਆ ਲਾਲ ਵਰਦੀਆਂ ਪਾਈਆਂ ਜਨਾਬ। ਅਸੀਂ ਤੇ ਬੁਲਾਇਆ ਤੁਹਾਨੂੰ ਲਾਲ ਵਰਦੀਆਂ ਵਾਲੇ ਤੁਸੀਂ? ਹਾਂਜੀ ਹਾਂਜੀ ਜਨਾਬ। ਅੱਛਾ ਲਾਲ ਵਰਦੀਆਂ ਵਾਲੇ ਸੀ, ਤੇ ਉਹ ਕਿੱਥੇ ਨੇ? ਅੱਛਾ ਓਏ ਸਰ, ਭਾਜੀ ਤੁਸੀਂ? ਮੈਂ ਹੀ ਆ ਜਨਾਬ। ਮਾਸ਼ਾਅੱਲਾ ਜੀ, ਤੁਹਾਡੇ ਪਛਾਣਨ ਤੋਂ ਸਦਕੇ ਜਾਵਾਂ ਕਿ ਅੱਖਾਂ 'ਚ ਮੋਤੀ ਜਾ ਉਤਰਿਆ ਤੁਹਾਡੇ। ਬਹੁਤ ਬਹੁਤ ਮਿਹਰਬਾਨੀ। ਮੈਂ ਬਸ ਭੁਲੇਖਾ, ਮੈਂ ਕਿਹਾ ਪਤਾ ਨਹੀਂ ਹੋਰ ਕੋਈ ਆ ਗਿਆ। ਅਸੀਂ ਆ ਜਨਾਬ। ਅੱਜ ਕੱਲ ਬੰਦੇ ਬੜੇ ਆ ਜਾਂਦੇ ਨੇ। ਬੈਠੋ ਜਨਾਬ, ਤਸ਼ਰੀਫ ਰੱਖੋ। ਬਹਿਣਾ ਕਿੱਥੇ ਜੀ? ਇੱਥੇ ਆਜੋ ਮੇਰੇ ਨਾਲ। ਮਾਸ਼ਾਅੱਲਾ, ਤੁਹਾਡੇ ਸੋਫੇ ਤੋਂ ਸਦਕੇ ਜਾਵਾਂ, ਪੁੰਜੇ ਬਿਠਾਉਣ ਡਏ। ਆਜੋ ਆਜੋ, ਤੁਸੀਂ ਕਿਹੜਾ? ਤੁਹਾਡੇ ਕੋਲ ਆਵਾਜ਼ਾਂ ਵੀ ਜਾਣੋਗੇ, ਕਤਰੇ ਬੁਲਾਉਣ ਲੱਗੇ ਸਾਨੂੰ। ਇੱਧਰੋ ਭਾਜੀ, ਤੁਸੀਂ ਕਿਹੜਾ ਮੁਰਸਦਾਂ ਦਾ ਆਵਾਜ਼ਾਂ ਵਜਾਉਂਦੇ ਹੋ? ਆਓ ਮੁੰਡਿਓ, ਆਜੋ ਬੈਠੋ, ਇੱਧਰ ਆਜੋ, ਇੱਧਰ ਆਜੋ, ਸਾਰੇ ਆਜੋ, ਕੋਈ ਗੱਲ ਨਹੀਂ। ਕਿਹੜੇ ਨੰਬਰ ਤੇ ਆਇਆ ਵੀ ਫੋਨ ਵੱਜਦਾ? ਜਨਾਬ ਸਾਨੂੰ ਨੰਬਰ ਆਇਆ 0306। ਆ ਮੇਰੇ ਵਾਲਾ ਨੰਬਰ ਸੀ ਭਾਜੀ, 7194412 ਦਾ। ਹਾਂਜੀ ਹਾਂਜੀ, ਉਹ ਹੀ ਜਿਹੜਾ ਤੁਹਾਡਾ ਬੈਂਡ ਹੈ, ਤੁਹਾਨੂੰ ਕਿਸੇ ਜੋਗੀ ਨੇ ਸੱਦਿਆ? ਨਹੀਂ ਜੀ, ਜੋਗੀ ਤਾਂ ਗੱਲਾਂ ਕਰਨ ਡਿਆ। ਹੋਰ ਦੱਸਿਆ ਫੋਨ ਤੇ ਜੋਗੀ ਦੀ ਸ਼ਾਦੀ ਆ, ਬੈਂਡ ਉੱਥੇ ਜਾਣਾ। ਇਹਨਾਂ ਦਾ ਤਾਰੂ ਕਰਾਓ। ਇਹ ਕੌਣ ਨੇ? ਇਹ ਵੱਡੇ ਭਾਈ ਨੇ ਜੀ ਮੇਰੇ, ਤੁਸੀਂ ਟੈਨਸ਼ਨ ਨਾ ਲਵੋ ਇਹਨਾਂ ਦੀ। ਤੁਸੀਂ ਮੈਨੂੰ ਦੱਸੋ ਵੀ ਤੁਹਾਨੂੰ ਕੋਈ ਆਣ ਲੱਗਿਆ, ਪ੍ਰੋਬਲਮ ਤੇ ਨਹੀਂ ਹੋਈ? ਲੈ ਪ੍ਰੋਬਲਮ ਇਹ ਹੋਈ ਆ ਜਨਾਬ, ਸਾਡੇ ਖੱਲੀਆਂ ਪੈ ਗਈਆਂ। ਅੱਛਾ ਅੱਛਾ, ਤੇ ਮੰਗਣੀ ਵਾਲਾ ਘਰ ਹੈ। ਹੁਣ ਦੱਸੋ ਖਾਣਾ ਪੀਣਾ ਕੀ? ਮੈਂ ਕਹਿੰਦਾ ਜਨਾਬ ਸੁਰੀਲੀ ਜੀ, ਦੁੱਧ ਪੱਤੀ ਬਣਾ ਲਓ। ਦੁੱਧ ਪੱਤੀ? ਆਹਾ, ਠੀਕ ਹੈ ਠੀਕ ਹੈ। ਦੁੱਧ ਪੱਤੀ ਤੇ ਨਾਲ ਕੁਝ? ਨਾਲ ਜਨਾਬ ਰਸ ਮੰਗਾ ਲਓ। ਅੱਛਾ, ਥੋੜੇ ਜਿਹਾ ਸੁਪਰ ਬਿਸਕੁਟ ਮੰਗਾ ਲਓ। ਨਹੀਂ ਰਸ ਕਿਉਂ ਮੰਗਾਓ? ਦਾੜ ਕਟਾਈ ਤੁਸੀਂ? ਵੀ ਬੰਦਾ ਨਰਮ ਗਜ਼ਾ ਖਾਣੀ ਹੁੰਦੀ ਹੈ ਭਾਣੇ। ਸਾਡੀ ਫੇਵਰਟ ਡਿਸ਼ ਹੈਗੀ ਹੈ। ਅੱਛਾ, ਰਸ ਮੰਗਾ ਲੈਣੇ? ਮੈਂ ਤਾਂ ਕਹਿੰਦਾ ਰਸ ਤੋਂ ਪਹਿਲੇ ਨਾ ਤੁਸੀਂ ਥੋੜਾ ਜਿਹਾ ਖਾਣਾ ਖਾ ਲਓ। ਜਿੱਦਾਂ ਤੁਹਾਡੀ ਵੀ ਮੰਨ, ਚਲੋ ਖਾਣਾ ਮੰਗਾ ਲਓ ਜਨਾਬ। ਚਿਕਨ ਬਣਿਆ ਉਹ ਮੰਗਾ ਲੈਣੇ, ਨਾਲ ਮਟਨ ਵੀ ਹੈਗਾ। ਸੁਭਾਨ ਅੱਲਾਹ ਜੀ, ਚਿਕਨ ਖਾਣਾ ਕਿ ਮਟਨ ਖਾਣਾ ਜੀ? ਦੋਨੇ ਚੀਜ਼ਾਂ ਥੋੜੀਆਂ ਥੋੜੀਆਂ ਲੈ ਆਵੋ ਤੁਸੀਂ ਭਾਜੀ। ਅੱਛਾ, ਇਹਨੇ ਤੇ ਬਸ ਉਹ ਓਏ ਇਹਨੂੰ ਨਾ ਛੇੜੋ, ਇਹ ਮੁੰਡਾ ਨਾ ਤੁਰ ਤੁਰ ਕੇ ਥੱਕ ਗਿਆ। ਅੱਛਾ, ਨਹੀਂ ਨਹੀਂ ਤੁਸੀਂ ਜਨਾਬ ਰੱਖੋ। ਤੂੰ ਇਸਰਾ ਕਰ ਆਪਣਾ ਰਿਆਸਤ, ਆ ਜਿਹੜਾ ਧਨੀਆ ਗੋਸ਼ਤ ਬਣਿਆ ਹੈ ਨਾ, ਹਾਏ 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 ਹਾਏ, ਸੁਭਾਨ ਅੱਲਾਹ, ਇਹ ਰਹਿਣ ਦੇ ਅੰਦਰ। ਤੇ ਜਿਹੜਾ ਚਿਕਨ ਹੈ ਨਾ, ਚਿਕਨ ਉਹ ਲਾਇਆ, ਚਿਕਨ ਠੀਕ ਹੈ? ਲੈ ਮੈਂ ਕਿਹਾ ਸੁਭਾਨ ਅੱਲਾਹ ਜੀ, ਚਿਕਨ ਤੋਂ ਚਲੋ ਧਨੀਆ ਗੋਸ਼ਤ ਵੀ ਫੜ ਲਿਆ ਯਾਰ। ਹੋਰ ਕੀ ਖਾਣਾ ਪੀਣਾ ਜੀ? ਮੈਂ ਜਨਾਬ ਜੋ ਤੁਹਾਡਾ ਦਿਲ ਕਰਦਾ। ਬੋਤਲ ਪੀਓਗੇ ਨਾਲ? ਬੋਤਲ ਵੀ ਮੰਗਾ ਲਓ। ਚਲੋ ਬੋਤਲ ਵੀ ਰਹਿਣ ਦੇ ਹੀ, ਨਹੀਂ ਉਹ ਦੁਕਾਨ ਤੋਂ ਨਹੀਂ ਲਿਆਉਣੀ, ਪਹਿਲੇ ਪਈ ਹੈ ਨਾ, ਮੈਂ ਕਿਹਾ ਉਹੀ ਪੀ ਲਓ ਤੁਸੀਂ। ਤੁਹਾਡੀਆਂ 16 ਤੋਂ ਲੱਗਦਾ ਸਾਨੂੰ ਇੱਥੇ ਜਨਾਜ਼ੇ ਵਾਲਾ ਮੰਜਾ ਲਿਆਉਣਾ ਪੈਣਾ ਹੈ। ਨਹੀਂ ਨਹੀਂ ਨਹੀਂ, ਇਹੋ ਜਿਹੀਆਂ ਗੱਲਾਂ ਕਿਉਂ ਕਰਦੇ? ਸ਼ਗਨਾਂ ਦਾ ਵੇਲਾ ਹੈ, ਤੁਸੀਂ ਨੈਸੀ ਪਾਉਣ ਡੇ ਹੋ ਐਵੇਂ। ਸ਼ਗਨਾਂ ਦਾ ਵੇਲਾ ਨਹੀਂ, ਪੈਸੇ ਮੰਦਤ 5,000 ਰੁਪਇਆ ਤੁਸੀਂ ਕਿਹਾ ਸੀ। ਬਿਲਕੁਲ ਜਨਾਬ, 5,000 ਰੁਪਇਆ ਭਾਜੀ, ਉਹ ਤਾਂ ਮੈਂ ਤੁਹਾਡਾ ਪਹਿਲੇ ਕੱਢ ਕੇ ਰੱਖਿਆ। ਮਾਸ਼ਾਅੱਲਾ ਜੀ, ਅੱਲਾ ਤੁਹਾਡੀ ਇਜ਼ਤ 'ਚ ਇਜ਼ਾਫਾ ਕਰੇ। ਠੀਕ ਹੈ ਨਾ, ਇਹ ਤੋਂ ਮੁਕਰ ਨਾ ਜਾਈਓ, ਪਹਿਲਾਂ ਫੜਾ ਦਿਓ। ਨਹੀਂ ਨਹੀਂ, ਵੇਖੋ ਨਾ, ਪੈਸੇ ਮੈਂ ਕਿਹਾ 5,000 ਰੁਪਇਆ ਤੁਹਾਨੂੰ ਪਹਿਲੇ ਦਿੱਤਾ ਜਾਏਗਾ। ਮਾਸ਼ਾਅੱਲਾ, ਠੀਕ ਹੈ, ਉਸ ਤੋਂ ਬਾਅਦ ਤੁਹਾਡਾ ਬਾਕੀ ਜਿਹੜਾ ਤੈਅ ਹੋ ਜਾਏਗਾ ਸਾਰਾ।
बकवास करन डे सॉरी सर सॉरी तुम्हें गोल्डी फाला बाबा लगन डे मतलब ए वे के तुसी इस तरह करो के मंगनी इस घर च है हाँ जी लेकिन इतो असी जाना तीसरी गली अगे हैगी छदे की आहो यार वाजे आले मेरे को बैठे ने आ जाइए अच्छा जे है दो घंटे चलो ठीक है दो घंटे फिर इन्हों मैं लारी अड्डे लै जाना उन्नी देर सवारियां पाउणगे ना अज तो टाइम होएगा बजाउण आ जाणगे भाजी दो घंटे है ने अजे मतलब तैयारी हो रही लाड़ा तैयार हो रहा जी मंगनी तुहाडी चूरा चूर हो गई जिहड़े जोड़न डए आ तुसीं नहीं नहीं तैयार तो हुणे ही हुंदा ना ब्यूटी पार्लर दा तुहानूं पता रवाज दौर है हाँ उहदा आ ही गया फोन हाँ छदे की ओ यार फिर की हो गया जे मैं तेरा सूट नहीं लैण ते तू उत्थों अगले को ले लै ओ यार सारी जिम्मेदारी मेरी वाजे वाले भी मैं इकट्ठे करा तेन पता वाजे वाले तो डड्डू कट्ठे करने बहुत मुश्किल होंगे ने आहो इन्हों बड़ा मुश्किल है कल कल मैं घरों चुके आ जाके आ लभना पैंदा इन्हों सूट मैं नहीं लिया तो तू होर कोई पा लो बहुत ही गाली है साढ़े वर्दी पा के चले जाओ नहीं नहीं भाजी ठहर जाओ मैं दसना तुम बहुत अच्छे जी हाँ ठीक है वो जी यार मैं ठेका लिया वह फुफड़ नहीं आने तो मैं करा ਉਹਨੂੰ ਆਪ ਲੈ ਕੇ ਆ ਤੂੰ ਜਾ ਕੇ ਫੁੱਫੜ ਵੀ ਮੇਰੇ ਤੇ ਪਾਇਆ ਉਹ ਫੁੱਫੜ ਦੀ ਪਰੇਸ਼ਾਨੀ ਨਾ ਲਵੋ ਹਾਂ ਇਹ ਥੋੜੇ ਥੋੜੇ ਇਹਦੇ ਵਾਲ ਕਟਾ ਕੇ ਤੇ ਇਹਨੂੰ ਲੈ ਜਾਓ ਯਾਰ ਠਹਿਰ ਜਾ ਫੁੱਫੜ ਨਹੀਂ ਇਹ ਭਰਾ ਹੈ ਯਾਰ ਉਹਨਾਂ ਨੇ ਹਾਂਜੀ ਅੱਛਾ ਭੂਆ ਵੀ ਨਹੀਂ ਆ ਰਹੀ ਫੁੱਫੜ ਵੀ ਨਹੀਂ ਆ ਰਿਹਾ ਮਾਸੀ ਉਹ ਸਾਰੀ ਬਰਾਦਰੀ ਤੇ ਨਾਲ ਲੜੀ ਅੱਛਾ ਉਹ ਨਹੀਂ ਮੰਗਣੀ ਕੈਂਸਲ ਕਰਤੀ अच्छा अगले जुमा रख लिया ओए 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 अच्छा लो भाजी माफी चाहते अगला जुमा मंगनी का हो गया ओ भाई किस गल दी माफी हुण अज की नहीं जा सकते ओ बहुत अच्छे हो यार ओ लाड़ा ही मुकर गया हुण मैं की करा ओ भाई तू नान खावे तेनू छाबे दा स्वाद आवे अच्छा ओ तेनू हां केड़ी गल करन डया भाई तू की करा मैं अगला मुकर गया मैं की करा मंगनी नहीं ओ यार तू चाह तो भी मुकर गया रोटी तो भी मुकर गया हर गल तो मुकर गया सानू तू सुधाई समझिया हां तू सुधाई जा मेरा भरा काम करो और जंज लभ लो नहीं कोई टाइम हैगा अगले को ਉਹ ਲੜ ਪਿਆ ਹੁਣ ਦੁੱਲਾ ਲੜ ਪਿਆ ਮੈਂ ਕੀ ਕਰਾਂ ਉਹਦੇ ਨਾਲ ਤੇ ਭਾਜੀ ਹੋਰ ਕੋਈ ਮੰਗਣੀ ਲੱਭ ਲਓ ਤੁਹਾਡੀ ਮੇਰੇ ਕੋਲ ਭਾਈ ਕਿਰਾਇਆ ਵੀ ਦੇ ਸਾਨੂੰ ਕਾਹਦਾ ਕਿਰਾਇਆ ਦਾ ਮੈਂ ਤੇਰੇ ਨਾਲ ਘੰਟੇ ਚੱਲ ਜਾ ਤੂੰ ਸਾਨੂੰ ਵਾਜਿਆ ਵਾਲਾ ਸਮਝਿਆ ਤੂੰ ਕਿੱਦਾਂ ਜਾਂਦਾ